नमस्कार, श्री महाकाल लोक टीवी में आपका स्वागत है। आपके साथ मैं हूं प्रियंका। आइए नजर डालते आज की खास खबरों की ओर। पंजाब के कृषि मंत्री और लोकसभा क्षेत्र बठिंडा से आप प्रत्याशी गुरमीत सिंह खुड़िया ने लंबी विधानसभा क्षेत्र के कार्यकर्ताओं के साथ एक बैठक दौरान कार्यकर्ताओं को संबोधित करते हुए गुरमीत सिंह ने कहा कि जीतने के बाद हम अपने क्षेत्र के लोगों के सभी मांगे पूरी करेंगे। आम आदमी पार्टी ने जब भरोसा कर उम्मीदवार बनाया है तो एक बार आप लोग भी भरोसा कर लोकसभा में पहुंचाए। वहीं दिल्ली के सीएम अरविंद केजरीवाल की गिरफ्तारी पर गुरमीत सिंह खुड़िया ने बीजेपी पर निशाना साधते हुए कहा कि बीजेपी शासन में लोकतंत्र को खत्म किया जा रहा है। बीजेपी सभी लोगों की आवाज दबाना चाहती है। देश की जनता बीजेपी के चुनाव में जवाब देगी। श्री मुक्तसर साहब से बूटा सिंह की रिपोर्ट। भाजपा सरकार है, इलेक्शन दे देने पहला लोग भावना ਕਿਸੇ ਪਾਰਟੀ ਦੇ ਹੌਸਲੇ ਤੋੜਨ ਦੀ ਖਾਤਰ ਉਸਦੇ ਇਸ ਤਰ੍ਹਾਂ ਝੂਠੇ ਕੇਸ ਵਿੱਚ ਇਨਵਾਲਵ ਕਰਨਾ। ਕੇਜਰੀਵਾਲ ਜੀ ਇੱਥੇ ਹੈ, ਉਹਨਾਂ ਨੇ ਕਿਹੜਾ ਇੱਕ ਸਟੇਟ ਦੇ ਮੁੱਖ ਮੰਤਰੀ, ਇੱਕ ਵੱਡੀ ਪਾਰਟੀ ਜਿਹੜੀ ਨੈਸ਼ਨਲ ਪਾਰਟੀ ਉਹਦੇ ਕਨਵੀਨਰ ਨੇ, ਉਹਨੇ ਕਿਤੇ ਨਹੀਂ ਜਾਣਾ ਸੀ। ਉਹ ਬਾਅਦ 'ਚ ਵੀ ਸੱਦਿਆ ਬੁਲਾਇਆ ਜਾ ਸਕਦਾ, ਪਰ ਇਲੈਕਸ਼ਨ ਨੂੰ ਦੇਖਦਿਆਂ ਜ਼ਿਆਦਾ ਭੈਭੀਤ ਕਰ ਲਈ। ਪਰ ਜਿਹੜੀ ਸੋਚ ਭਾਜਪਾ ਨੇ ਸੋਚੀ ਹੈ ਉਹ ਸੋਚ ਉਹਨਾਂ ਦੀ ਪੂਰੀ ਨਹੀਂ ਹੋਣੀ। ਇੱਥੇ ਦੇਸ਼ ਵਾਸੀ ਇਸ ਜ਼ਾਲਮ ਸਰਕਾਰ ਤੋਂ ਖਹਿੜਾ ਛਡਾਉਣ ਲਈ ਇਕਜੁੱਟ ਹੋ ਰਹੇ ਹੈ, ਔਰ ਸਾਡੀ ਪਾਰਟੀ ਆਮ ਆਦਮੀ ਪਾਰਟੀ ਕਦੇ ਵੀ ਇਹਨਾਂ ਗੱਲਾਂ, ਕਿਉਂਕਿ ਅਸੀਂ ਇਹਨਾਂ ਗੱਲਾਂ 'ਚ ਵਿਸ਼ਵਾਸ ਨਹੀਂ ਰੱਖਦੇ ਜਿਹੜੀਆਂ ਗੱਲਾਂ 'ਚ ਘੇਰਨਾ ਚਾਹੁੰਦੇ ਆ। ਕਰਪਸ਼ਨ ਰਹਿਤ ਤਾਂ ਅਸੀਂ ਸਰਕਾਰਾਂ ਦਿੱਤੀਆਂ ਲੋਕਾਂ ਨੂੰ, ਉਹਦੇ 'ਚ ਕਿਵੇਂ ਕਿਸੇ ਚੀਫ਼ ਦੇ ਇਹੋ ਜਿਹੀ ਗੱਲ ਲੱਗ ਸਕਦੀ ਹੈ? ਸੋ ਕਿਸੇ 'ਤੇ ਵੀ ਈਡੀ ਭੇਜ ਦਿੰਦੇ ਆ, ਜੇ ਉਹਨਾਂ ਦੀ ਪਾਰਟੀ ਵੀ ਸ਼ਾਮਲ ਹੋ ਜਾਂਦਾ ਤਾਂ ਉਹ ਤੋਂ ਮਾਫ਼ ਹੋ ਜਾਂਦਾ। पंजाब को नशा और आतंक मुक्त करने के लिए प्रशासन लगातार कार्रवाई कर रहा है ताकि पंजाब प्रदेश में आतंक को खत्म किया जा सके, लेकिन पाकिस्तान की तरफ से लगातार पंजाब में ड्रोन भेजे जा रहे। कई पाकिस्तानी ड्रोन के माध्यम से पंजाब में अफीम भी सप्लाई करते हैं। इसी कड़ी में तरनतारन जिले के सेक्टर खेमकरण में BSF और पंजाब पुलिस ने संयुक्त अभियान चलाया। इस दौरान टीम ने एक पाकिस्तानी ड्रोन बरामद किया। फिलहाल सर्च अभियान टीम मामला दर्ज कर जांच में जुटी हुई है। देखो, पाकिस्तान लगातार कोशिश करता रहा कि ड्रोन के माध्यम राही अवैध सामग्री जी बॉर्डर एरिया दे विच भेजता रहे, ਪਰੰਤੂ ਮੈਂ ਬਾਰ ਬਾਰ ਇੱਕੋ ਗੱਲ ਕਹਿੰਦਾ ਹੁੰਦਾ ਕਿ BSF ਅਤੇ ਪੰਜਾਬ ਪੁਲਿਸ ਬਾਰਡਰ 'ਤੇ ਪੂਰੀ ਤਰ੍ਹਾਂ ਸਤਰਕ ਅਤੇ ਚੁਕੰਨੀ ਹੈ। ਇਸੇ ਲੜੀ ਦੇ ਵਿੱਚ ਅੱਜ ਇੱਕ ਬੜੀ ਵੱਡੀ ਸਫਲਤਾ ਹਾਸਲ ਹੋਈ ਹੈ, ਜਦੋਂ ਕਿ ਇੱਕ ਜਿਹੜਾ ਡਰੋਨ ਹੈ DJI ਮੈਟ੍ਰਿਕਸ ਜਿਹੜਾ ਇਹ ਰਿਕਵਰ ਹੋਇਆ ਮੇਡ ਇਨ ਚਾਈਨਾ। ਮੈਂ ਇਹਦੇ ਵਿੱਚ ਦੱਸਣਾ ਚਾਹੁੰਦਾ ਕਿ ਕੱਲ੍ਹ ਮੀਆਂਵਾਲ ਉਤਾੜ ਦੇ ਵਿੱਚ 8:30 ਦੇ ਕਰੀਬ ਇੱਕ ਡਰੋਨ ਐਕਟੀਵਿਟੀ BSF ਵੱਲੋਂ ਨੋਟਿਸ ਦੇ ਵਿੱਚ ਆਈ। ਨੋਟਿਸ ਦੇ ਵਿੱਚ ਆਉਣ ਤੋਂ ਬਾਅਦ ਜਿਹੜੇ ਇਕਿਉਪਮੈਂਟ ਬਾਰਡਰ 'ਤੇ ਲੱਗੇ ਆ ਉਹ ਔਨ ਹੋ ਗਏ, ਅਤੇ ਉਸ ਤੋਂ ਉਪਰੰਤ ਜਿਹੜੀ ਆ ਸਰਚ ਓਪਰੇਸ਼ਨ ਕੀਤਾ ਗਿਆ। ਪਹਿਲਾਂ ਸਰਚ ਓਪਰੇਸ਼ਨ ਰਾਤ ਨੂੰ ਵੀ ਕੀਤਾ ਗਿਆ, ਕਿਉਂਕਿ ਕਣਕ ਦੀ ਫਸਲ ਜਿਹੜੀ ਆ ਬਹੁਤ ਉੱਚੀ ਹੋ ਚੁੱਕੀ ਆ। ਰਾਤ 12:00 ਤੱਕ ਵੀ ਜਿਹੜਾ ਸਰਚ ਓਪਰੇਸ਼ਨ ਚੱਲਦਾ ਰਿਹਾ, ਅਤੇ ਸੁਬਹਾ ਫਿਰ ਜਿਹੜਾ ਅਰਲੀ ਮਾਰਨਿੰਗ ਤੋਂ BSF ਅਤੇ ਪੰਜਾਬ ਪੁਲਿਸ ਨੇ ਸਾਂਝਾ ਸਰਚ ਓਪਰੇਸ਼ਨ ਕੀਤਾ। ਇਸ ਸਾਂਝੇ ਸਰਚ ਓਪਰੇਸ਼ਨ ਦੇ ਵਿੱਚ ਜਿਹੜਾ ਆ ਡਰੋਨ ਰਿਕਵਰ ਹੋਇਆ।
ਮੈਂ ਇੱਥੇ ਦੱਸਣਾ ਚਾਹਾਂਗਾ ਕਿ ਜਿੱਥੇ ਅਸੀਂ ਡਰੋਨ ਤੇ ਹੈਰੋਨ ਦੀ ਰਿਕਵਰੀ ਕਰ ਰਹੇ ਹਾਂ, ਉੱਥੇ ਡਰੋਨ ਨਾਲ ਰਿਲੇਟਡ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕਰ ਰਹੇ ਹਾਂ। ਤੁਹਾਨੂੰ ਯਾਦ ਹੋਵੇਗਾ ਕਿ ਪਰਸੋਂ ਦੇ ਜਿਹੜੀ ਅਸੀਂ ਡੱਲ ਪਿੰਡ ਤੋਂ ਜਿੱਥੇ ਹੈਰੋਨ ਰਿਕਵਰ ਕੀਤੀ ਆ, ਉੱਥੇ ਡਰੋਨ ਐਕਟੀਵਿਟੀਆਂ ਦੇ ਵਿੱਚ ਸ਼ਾਮਲ ਜਿਹੜੇ ਆ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਆ। ਸੋ ਇਸ ਸੰਬੰਧੀ ਜਿਹੜਾ ਥਾਣਾ ਖੇਮਕਰਨ ਵਿਖੇ ਕੇਸ ਰਜਿਸਟਰ ਕਰ ਲਿਆ ਗਿਆ, ਇਹਦੀ ਟੈਕਨੀਕਲ ਤਰੀਕਿਆਂ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਜਾਊਗੀ ਅਤੇ ਜਿਨ੍ਹਾਂ ਨੇ ਇਹ ਡਰੋਨ ਮੰਗਾਇਆ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਅਤੇ ਸਲਾਖਾਂ ਦੇ ਪਿੱਛੇ ਭੇਜਿਆ ਜਾਊਗਾ। ਮੋਗਾ ਜ਼ਿਲ੍ਹੇ ਕੇ ਬੂਗੀਪੁਰਾ ਚੌਕ ਸਥਿਤ ਲੰਗਰ ਖਾਕਰ ਰੋਡ ਕ੍ਰੋਸ ਕਰ ਰਹੇ 5 ਲੋਕ ਬਾਈਕ ਕੀ ਚਪੇਟ ਮੇਂ ਆ ਗਏ। ਇਸ ਹਾਦਸੇ ਮੇਂ ਇੱਕ ਬੱਚੀ ਕੀ ਮੌਤ ਹੋ ਗਈ ਜਬਕਿ ਘਾਇਲ ਮਹਿਲਾਓਂ ਕੋ ਹਸਪਤਾਲ ਮੇਂ ਪਹੁੰਚਾਇਆ ਗਿਆ। ਵਹੀਂ ਗੰਭੀਰ 2 ਘਾਇਲੋਂ ਕੋ ਬਟਿੰਡਾ ਕੇ ਏਮਸ ਹਸਪਤਾਲ ਮੇਂ ਰੈਫਰ ਕਰ ਦਿਆ ਗਿਆ। ਇਸ ਘਟਨਾ ਕੇ ਬਾਅਦ ਬਾਈਕ ਸਵਾਰ ਮੌਕੇ ਸੇ ਫਰਾਰ ਹੋ ਗਿਆ। ਘਟਨਾ ਕੀ ਜਾਣਕਾਰੀ ਮਿਲਤੇ ਹੀ ਪੁਲਿਸ ਮੌਕੇ ਪਰ ਪਹੁੰਚੀ ਔਰ ਮਾਮਲਾ ਦਰਜ ਕਰ ਆਰੋਪੀ ਕੀ ਤਲਾਸ਼ ਮੇਂ ਜੁਟੀ ਹੋਈ ਹੈ। ਅਤੇ ਲੰਗਰ ਲੱਗਾ ਸੀ ਦੂਸਰੀ ਸਾਈਡ, ਅਸੀਂ ਆ ਰਹੇ ਸੀ ਜਗਰਾਉਂ ਵਾਲੀ ਸਾਈਡ, ਅਸੀਂ ਦੂਸਰੀ ਸਾਈਡ ਗੱਡੀ ਰੋਕਤੀ, ਲੰਗਰ ਛਕਣ ਚਲੇ ਗਏ ਅਤੇ ਇਹ ਜਦੋਂ ਲੰਗਰ ਛੱਕ ਕੇ ਆ ਰਹੇ ਸੀ ਨਾ ਵਾਪਸ, 3 ਜਣੇ ਸੀ, ਵਿਚਾਲੇ ਲੜਕੀ ਸੀਗੀ, ਦੋਨੇ ਸਾਈਡ ਮਾਤਾ ਸੀ ਅਤੇ ਇੱਕ ਇਹਦੀ ਮੰਮੀ ਸੀਗੀ ਲੜਕੀ ਦੀ, ਅਤੇ ਮੋਟਰਸਾਈਕਲ ਬਹੁਤ ਤੇਜ਼ ਆ ਰਿਹਾ ਸੀਗਾ ਅਤੇ ਉਹ ਮਾਤਾ ਦੇ ਲੱਤ 'ਤੇ ਵੱਜਿਆ ਅਤੇ ਕੁੜੀ ਨੂੰ ਧੂ ਕੇ ਲੈ ਗਿਆ, ਜਿੱਥੇ ਕੁੜੀ ਦੀ ਥਾਂ 'ਤੇ ਡੈਥ ਹੋ ਗਈ। 7 ਸਾਲ ਦੀ ਸੀ ਬੱਚੀ। ਬੱਚੀ ਕਿੰਨੀ ਦੂਰ ਜਾ ਕੇ ਡਿੱਗੀ ਮੋਟਰਸਾਈਕਲ ਦੇ ਜਦੋਂ ਵਿੱਚ ਵੱਜੀ ਆ, ਧੂ ਕੇ ਲੈ ਗਿਆ? ਉੱਥੇ ਬਹੁਤ ਸਾਧਨ ਇਕੱਠੇ ਹੋ ਗਏ ਸੀਗੇ ਜੀ। ਸਰ, ਮੈਂ ਐਸਸੀ ਬਲਵੀਰ ਸਿੰਘ ਨਾਲ ਸਾਡੀ ਐਸਐਸਐਫ ਦੀ ਟੀਮ, ਸਾਨੂੰ ਜਦੋਂ ਪੀਸੀਆਰ ਤੋਂ ਫੋਨ ਆਇਆ ਜੀ, ਇਹ ਐਕਸੀਡੈਂਟ ਬੁੱਗੀਪੁਰਾ ਚੌਂਕ ਨੇੜੇ ਦੇਰ ਹੋਸਟਲ 'ਤੇ ਹੋਇਆ ਜੀ। ਉੱਥੇ ਜੀ ਦੋ ਮਾਤਾ ਦੇ, ਇੱਕ ਦੀ ਲੱਤ ਟੁੱਟੀ ਹੋਈ ਸੀ, ਇੱਕ ਦੇ ਸਿਰ 'ਤੇ ਸੱਟ ਵੱਜੀ ਹੋਈ ਸੀਗੀ, ਅਤੇ ਅਸੀਂ ਉਹਨਾਂ ਨੂੰ ਦੋਵਾਂ ਨੂੰ ਲਿਆਂਦਾ ਜੀ। ਜਿਹੜੀ ਇੱਕ ਬੱਚੀ ਸੀ ਉਹ ਐਂਬੂਲੈਂਸ ਲੈ ਕੇ ਆਈ ਆ, ਉਹਨਾਂ ਦੀ ਆਉਂਦਿਆਂ ਇੱਥੇ ਡੈਥ ਹੋ ਗਈ ਬੱਚੀ ਦੀ। ਬੱਚੀ ਦੀ ਉਮਰ 9-10 ਸਾਲ ਦੱਸੀ ਜਾ ਰਹੀ ਜੀ। ਇਹ ਸਾਰੀਆਂ ਲੇਡੀਜ਼ ਲੰਡੇ ਕਹਿੰਦੀਆਂ ਜੀ। ਸਾਡੇ ਕੋਲ ਐਂਬੂਲੈਂਸ 'ਤੇ ਜੀ 4 ਕੇਸਿਸ ਆਏ ਨੇ, 4 ਚੋਂ ਇੱਕ ਬੇਬੀ ਲਗਭਗ ਇਹਨਾਂ ਦੇ ਅਕੋਰਡਿੰਗਲੀ ਹੋਲੇ ਮਹੱਲੇ ਦੇ ਦੌਰਾਨ ਬੁੱਗੀਪੁਰਾ ਬਾਈਪਾਸ ਦੇ ਕੋਲ ਲੰਗਰ ਲੱਗਿਆ ਹੋਇਆ ਸੀ ਔਰ ਉੱਥੇ ਰੋਡ ਕ੍ਰੋਸ ਕਰ ਰਹੇ ਸੀ ਅਤੇ ਕੋਈ ਮੋਟਰਸਾਈਕਲ ਵਾਲਾ ਆ ਕੇ ਉਹਨਾਂ ਦੇ ਵਿੱਚ ਵੱਜਿਆ, ਜਿਸਦੇ ਨਾਲ ਐਕਸੀਡੈਂਟ ਦੇ ਦੌਰਾਨ ਇੱਕ ਬੱਚੀ ਦੀ ਡੈਥ ਹੋ ਗਈ। ਬੱਚੀ ਲਗਭਗ 6 ਸਾਲ ਦੀ ਦੱਸ ਰਹੇ ਨੇ ਅਤੇ 3 ਹੋਰ ਕੇਸਿਸ ਨੇ ਅਡਲਟ। ਇੱਕ ਮਾਤਾ ਜੀ ਨੇ, ਮਨਜੀਤ ਕੌਰ, 60 ਈਅਰ ਫੀਮੇਲ ਹੈ, ਜਿਨ੍ਹਾਂ ਨੂੰ ਅਸੀਂ ਰੈਫਰ ਕਰਤਾ ਏਮਸ ਬਠਿੰਡਾ, ਮਲਟੀਪਲ ਇੰਜਰੀਜ਼ ਹੈ ਉਹਨਾਂ ਦੇ। ਇੱਕ ਜਿਹੜੇ ਬੱਚੀ ਦੇ ਮਾਤਾ ਜੀ ਹੈਗੇ, ਮਾਤਾ ਹੈ, 30 ਸਾਲ ਦੀ ਏਜ ਹੈ, ਉਹਨਾਂ ਨੂੰ ਵੀ ਹੈੱਡ ਇੰਜਰੀ ਕਾਰਨ ਏਮਸ ਰੈਫਰ ਕਰਨਾ ਪਿਆ ਬਠਿੰਡਾ। ਔਰ ਇੱਕ ਲੇਡੀ ਹੈਗੇ ਆ ਲਗਭਗ 50-55 ਸਾਲ ਦੇ, ਸੁਖਵਿੰਦਰ ਕੌਰ, ਉਹਨਾਂ ਦੇ ਵੀ ਮਲਟੀਪਲ ਇੰਜਰੀਜ਼ ਹੈ ਜੋ ਟ੍ਰੀਟਮੈਂਟ। ਮੁਕਤਸਰ ਸਾਹਿਬ ਜ਼ਿਲ੍ਹੇ ਕੇ ਕੋਟਕਪੁਰਾ ਰੋਡ ਪਰ ਕਾਰ ਔਰ ਬਾਈਕ ਕੀ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ਮੇਂ ਵਾਰਿੰਗ ਗਾਓਂ ਕੇ ਨਿਵਾਸੀ ਸਤਨਾਮ ਸਿੰਘ ਕੀ ਮੌਤ ਹੋ ਗਈ। ਘਟਨਾ ਕੀ ਜਾਣਕਾਰੀ ਮਿਲਤੇ ਹੀ ਪੁਲਿਸ ਮੌਕੇ ਪਰ ਪਹੁੰਚ ਗਈ ਔਰ ਸ਼ਵ ਕੋ ਕਬਜ਼ੇ ਮੇਂ ਲੈ ਲਿਆ ਔਰ ਮਾਮਲਾ ਦਰਜ ਕਰ ਪੋਸਟਮਾਰਟਮ ਕੇ ਲਈ ਹਸਪਤਾਲ ਭੇਜ ਦਿਆ। ਫਿਲਹਾਲ ਪੁਲਿਸ ਮਾਮਲੇ ਮੇਂ ਦਰਜ ਕਰ ਆਗੇ ਕੀ ਕਾਰਵਾਈ ਮੇਂ ਜੁਟੀ ਹੋਈ ਹੈ।